मेरा नाम जसवंत सिंह जी, मेरे पत्नी चरणजीत कौर पिंड बागड़िया दे सरपंच ने जी मौजूदा। एक तुहाडे पिंड दे गरीब लोग ने जिहड़े ओह प्लाटां लई गए, जिन्हां नूं प्लाटां लई गए ਇਹ ਪੰਚਾਇਤ ਨੇ ਜੀ ਆਪਣੇ ਜਿਹੜੇ ਆਤੀ ਪਲਾਟ ਤੇ ਜੀ ਦਿੱਤੇ ਆਪਣੇ ਪੰਜਾਬ ਸਰਕਾਰ ਨੇ, ਉਹ ਅਸੀਂ ਨੇ ਪੰਚਾਇਤ ਨੇ ਸਾਡੀ ਨੇ ਪਿੰਡ ਬਾਗੜੀ ਨੇ ਮਤੇ ਪਾ ਕੇ ਭੇਜ ਦਿੱਤੇ ਨੇ ਬੀ ਡੀ ਓ ਬਲਾਕ ਨੂੰ ਜੀ। ਉਸ ਤੋਂ ਅੱਗੇ ਉਹ ਮਹਿਕਮੇ ਨੇ ਕਾਰਵਾਈ ਕਰਨੀ ਹੈ ਜੀ ਵੀ ਕੀ ਉਹਨਾਂ ਦਾ ਕਰਨਾ ਕੀ ਨਹੀਂ। ਉਹਦੇ ਵਿੱਚ ਜੀ ਕੁਛ ਆਪਣੇ ਹੋ ਗਏ ਹਫ਼ਤਾ ਕੁ ਪਹਿਲਾਂ ਇੱਕ ਅਧਿਕਾਰੀ ਵੀ ਆਇਆ ਸੀ ਜੀ ਪਿੰਡ ਦੀ ਇਨਕੁਆਇਰੀ ਕਰਨ ਲਈ, ਉਹ ਦੇਖਣ ਲਈ ਆਏ ਸੀ ਜੀ। ਕੁਛ ਘਰ ਪਾ ਆ ਗਏ ਨੇ, ਕੁਛ ਅੱਗੇ ਵਾਸਤੇ ਵੀ ਪਾਏ ਜਾਣਗੇ। ਕੱਚੇ ਘਰਾਂ ਦਾ ਵੀ ਕਹਿ ਰਹੇ ਸੀ ਲੋਕ ਕਿ ਉਹਨਾਂ ਲਈ ਵੀ ਪੰਚਾਇਤ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਜੀ। ਹਾਂਜੀ, ਕੁਛ ਕੱਚੇ ਘਰ ਨੇ ਆਪਣੇ, 16 ਆਏ ਤੇ ਜੀ, 16 ਦੇ ਵਿੱਚੋਂ 14 ਘਰਾਂ ਨੂੰ ਮੰਨੋ ਵੀ ਪੈਸੇ ਪੈਣ ਦੀ ਤਿਆਰੀ ਹੈ ਜੀ। ਉਹਨਾਂ ਦੇ ਕਾਗਜ਼ ਪੱਤਰ ਲੈ ਗਏ ਨੇ ਨਾਲ ਫੋਟੋਆਂ। ਹਾਂਜੀ, ਜਿਹੜੇ ਹੁਣ ਪਏ ਨੇ ਆਪਣੇ ਸਾਡੇ ਮਤੇ 'ਚ ਦੁਬਾਰਾ, ਜਦੋਂ ਸਾਡੇ ਪਿੰਡ ਹੋਇਆ ਸੀ ਅਜਲਾਸ ਉਦੋਂ ਪਏ ਨੇ, ਉਹਨਾਂ ਦੇ ਹਜੇ ਰਹਿੰਦੇ ਨੇ ਜੀ, ਉਹ ਵੀ ਅਸੀਂ ਪਾਵਾਂਗੇ ਜ਼ਰੂਰ। ਕੀ ਕਿੰਨਾ ਕੁ ਟਾਈਮ ਦੀ ਸੰਭਾਵਨਾ ਵੀ ਜਿਹੜਾ ਮਤਾ ਪਾਸ ਹੋ ਗਿਆ ਕਿ ਉਹ ਮਹਿਕਮੇ ਨਹੀਂ ਕਰਨਾ ਜੀ ਸਾਰਾ ਕੁਛ? ਹਾਂਜੀ, ਉਹ ਮਹਿਕਮੇ ਦੇ ਹੱਥ 'ਚ ਹੈ ਜੀ, ਉਹਨਾਂ ਨੇ ਇਨਕੁਆਇਰੀ ਉਹਨਾਂ ਨੇ ਕਰਨੀ ਹੈ ਨਾ ਜੀ। ਬਾਗੜੀਆਂ ਜੀ, ਕੀ ਮੰਗ ਹੈ? ਬਸ ਸਾਡੀ ਜੀ ਇਹੀ ਮੰਗ ਆ ਵੀ ਸਾਡੇ ਗਰੀਬਾਂ ਦੇ ਪਲਾਟ ਕੱਟੇ ਜਾਣ, ਤੇ ਬਾਕੀ ਜਿਹੜੇ ਕੱਚੇ ਘਰਾਂ ਦੇ ਨੇਗੇ ਉਹਨਾਂ ਨੂੰ ਵੀ ਕੀਤਾ ਜਾਵੇ। ਸਾਡੇ ਆਏ ਸੀਗੇ ਘਰ ਦੇਖਣ ਵਾਸਤੇ ਵੀ ਕਈ ਵਾਰੀ ਆਏ ਨੇਗੇ, ਪਰ ਜਿਹੜੇ ਸਾਡੇ ਕੱਚੇ ਘਰ ਨੇ ਉਹ ਨਹੀਂ ਦੇਖੇ ਗਏ ਹੈਗੇ, ਤੇ ਹੋਰ ਲੋਕਾਂ ਦੇ ਘਰ ਦੇਖੇ ਗਏ ਨੇਗੇ। ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਵੀ ਸਾਡੇ ਘਰਾਂ ਦਾ ਕੀ ਹਾਲ ਚਾਲ ਹੈਗਾ। ਜਦੋਂ ਮੀਂਹ ਆਉਂਦਾ ਤੇ ਐਡਾ ਐਡਾ ਪਾਣੀ ਗੋਡੇ ਗੋਡੇ ਚੜ ਜਾਂਦਾ ਗਾ, ਕੋਈ ਨਹੀਂ ਆ ਕੇ ਦੇਖ ਰਿਹਾ ਹੈਗਾ। ਬਸ ਸਾਡੀ ਇਹੀ ਮੰਗ ਆ ਗਈ ਵੀ ਸਾਡੇ ਘਰ ਕੱਚੇ ਤੋਂ ਪੱਕੇ ਬਣਾਏ ਜਾਣ ਜਾਂ ਫਿਰ ਇੱਕ ਸਾਡੇ ਪਲਾਟ ਕੱਟੇ ਜਾਣ। ਪੈਰਾ ਸਿੰਘ ਜੀ, ਬਾਗੜੀਆਂ ਜੀ, ਕੀ ਮੰਗ ਹੈ ਤੁਹਾਡੇ? ਮੰਗ ਸਾਡੀ ਇਹ ਹੈ ਜੀ ਵੀ ਸਾਡੀ ਸਰਕਾਰ ਅੱਗੇ ਬੇਨਤੀ ਹੈ ਵੀ ਸਾਡੇ ਜਵਾਕਾਂ ਨੂੰ ਕੋਈ ਨੌਕਰੀ ਦਾ ਹੱਲ ਹੋਣਾ ਚਾਹੀਦਾ, ਸਾਡੇ ਪਲਾਟ ਕੱਟੇ ਜਾਣ, ਸਾਡੇ ਘਰਾਂ ਨੂੰ ਕੱਚਿਆਂ ਨੂੰ ਪੈਸੇ ਮਿਲਣੇ ਚਾਹੀਦੇ ਨੇ ਜੀ। ਸਾਡੀ ਇਹ ਮੰਗ ਹੈ ਜੀ ਸਰਕਾਰ ਅੱਗੇ, ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਇਹ ਦੋ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ, ਕੱਚੇ ਘਰਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਅਤੇ ਪਲਾਟ ਦੇ। ਨਾਮ ਗੁਰਜੀਤ ਸਿੰਘ ਜੀ, ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ। ਮੰਗ ਤਾਂ ਜੀ ਪਲਾਟਾਂ ਦੀ ਆ, ਸਾਨੂੰ ਪਲਾਟ ਮਿਲਣ, ਕੱਟੇ ਜਾਣ। ਬਹੁਤ ਪਿੰਡਾਂ 'ਚ ਕੱਟੇ ਗਏ ਨੇ, ਸਾਡੇ ਪਿੰਡ 'ਚ ਕੱਟੇ ਨਹੀਂ ਜਾ ਰਹੇ। ਇਹ ਸਾਡੀ ਮੰਗ ਇਹੀ ਆ ਜੀ, ਸਾਨੂੰ ਬੜਾ ਬਹੁਤ ਤੋਹਫਾ ਹੀ ਹੋਊਗਾ ਜੀ ਜੇ ਇਹ ਸਾਡੇ ਪਲਾਟ ਕੱਟੇ ਜਾਣ। ਪੰਚਾਇਤ ਨਾਲ ਕਈ ਗੇਰ ਹੋ ਗਈ ਜੀ ਗੱਲਬਾਤ, ਉਰੇ ਇਕੱਠ ਵੀ ਹੋਇਆ ਤੀ, ਕਾਲਾ ਪੱਤਰਕਾਰ ਨੇ ਖਬਰ ਵੀ ਲਾਈ ਤੀ, ਅਸੀਂ ਉਹਦਾ ਸਹਿਯੋਗ ਵੀ ਦਿੱਤਾ ਤੀ ਪੰਚਾਇਤ ਨੂੰ ਵੀ ਹਾਂ ਜੀ ਕਟਾਓ ਜੀ ਵੀ ਪਲਾਟ ਕੱਟੇ ਜਾਣ, ਪਰ ਉਰੇ ਪਲਾਟ ਕੱਟੀ ਨਹੀਂ ਜਾ ਰਹੇ ਜੀ। ਖਾਨੀ ਕੀ ਦਿੱਕਤ ਆ, ਕੋਈ ਜ਼ਮੀਨ ਦਾ ਘਾਟ ਨਹੀਂ ਹੈਗੀ, 529 ਵਿਘੇ ਬਾਗੜੀਆਂ ਦੀ ਜ਼ਮੀਨ ਜੋ ਠੇਕੇ 'ਤੇ ਚੜ ਰਹੀ ਆ ਉਹ ਹੈਗੀ ਆ, ਕੋਈ ਜ਼ਮੀਨ ਦੀ ਘਾਟ ਨਹੀਂ, ਕੋਈ ਕਾਸੇ ਦੀ ਘਾਟ ਨਹੀਂ, ਬਸ ਨੀਤੀਆਂ ਦੀ ਘਾਟ ਆ। ਸਾਡੀ ਆਹ ਮੰਗ ਆ ਜੀ ਪਿੰਡ ਵਿੱਚ ਬਾਗੜੀਆਂ 'ਚ ਪਲਾਟ ਕੱਟੇ ਜਾਣ, ਕੱਚੇ ਘਰਾਂ ਨੂੰ ਪੈਸੇ ਮਿਲਣੇ ਚਾਹੀਦੇ ਨੇ ਪੱਕੇ ਕਰੇ ਜਾਣ।